ਇੱਕ ਮਿੰਨੀ ਬੱਸ ਦੇ ਡਰਾਈਵਰ ਦੇ ਵੱਲੋਂ ਇੱਕ ਸ਼ਖਸ ਨੂੰ ਬੋਨਟ ਤੇ ਘੜੀਸਿਆ ਗਿਆ। ਕਈ ਕਿਲੋਮੀਟਰ ਤੱਕ ਮਿੰਨੀ ਬੱਸ ਦਾ ਡਰਾਈਵਰ ਇਸ ਸ਼ਖਸ ਨੂੰ ਬੋਨਟ ਉੱਤੇ ਘੜੀਸਦਾ ਰਿਹਾ ਔਰ ਗੱਡੀ ਦੀ ਰਫ਼ਤਾਰ ਵੀ ਕਾਫ਼ੀ ਤੇਜ਼ ਸੀ। ਦਿੱਲੀ ਦੇ ਲਾਜਪਤ ਨਗਰ ਦੀ ਇਹ ਪੂਰੀ ਵੀਡੀਓ ਹੈ। ਰਾਤ 9:30 ਵਜੇ ਲਾਜਪਤ ਨਗਰ ਤੋਂ ਇਸ ਸ਼ਖਸ ਨੂੰ ਬੋਨਟ ਤੇ ਬਿਠਾਇਆ ਔਰ ਘੜੀਸਦੇ ਹੋਏ ਆਸ਼ਰਮ ਤੱਕ ਲੈ ਗਿਆ। ਸ਼ਖਸ ਨੂੰ ਆਸ਼ਰਮ ਦੇ ਨੇੜੇ ਲਿਜਾ ਕੇ ਥੱਲੇ ਸੁੱਟ ਦਿੱਤਾ। ਪੀੜਤ ਵੱਲੋਂ ਸਾਊਥ ਈਸਟ ਦਿੱਲੀ ਦੇ ਲਾਜਪਤ ਨਗਰ ਥਾਣਾ ਦੇ ਵਿੱਚ ਸ਼ਿਕਾਇਤ ਦਰਜ ਕਰਵਾਈ ਗਈ, ਜਿਸ ਤੋਂ ਬਾਅਦ ਪੁਲਿਸ ਨੇ ਕਾਰਵਾਈ ਨੂੰ ਆਰੰਭ ਦਿੱਤਾ। ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਕਿਸ ਤਰੀਕੇ ਦੇ ਨਾਲ ਬੋਨਟ ਤੇ ਇੱਕ ਸ਼ਖਸ ਨੂੰ ਬਿਠਾ ਕੇ ਘੜੀਸਿਆ ਜਾ ਰਿਹਾ। ਬੱਸ ਦਾ ਡਰਾਈਵਰ ਆ ਜਿਹੜਾ ਉਹ ਕਾਫ਼ੀ ਤੇਜ਼ ਬੱਸ ਨੂੰ ਚਲਾ ਰਿਹਾ। ਦਿੱਲੀ ਦੇ ਲਾਜਪਤ ਨਗਰ ਦੀ ਇਹ ਵੀਡੀਓ ਹੈ। ਗਣੀਮਤ ਰਹੀ ਕਿ ਜਾਨੀ ਨੁਕਸਾਨ ਤੋਂ ਬਚਾ ਰਿਹਾ ਔਰ ਕਿਸ ਤਰ੍ਹਾਂ ਇੱਕ ਮਿੰਨੀ ਬੱਸ ਦੇ ਡਰਾਈਵਰ ਦੇ ਵੱਲੋਂ ਇਸ ਸ਼ਖਸ ਨੂੰ ਬੋਨਟ ਤੇ ਬਿਠਾ ਕੇ ਕਈ ਕਿਲੋਮੀਟਰ ਤੱਕ ਘੜੀਸਦਾ ਹੋਇਆ ਆਸ਼ਰਮ ਪੁੱਜਾ ਔਰ ਉੱਥੇ ਜਾ ਕੇ ਥੱਲੇ ਸੁੱਟ ਦਿੱਤਾ। ਪੁਲਿਸ ਦੇ ਵੱਲੋਂ ਹਰ ਐਂਗਲ ਤੋਂ ਇਸ ਮਾਮਲੇ ਦੀ ਜਾਂਚ ਪੜਤਾਲ ਕੀਤੀ ਜਾ ਰਹੀ ਹੈ ਕਿ ਆਖਿਰ ਕਿਉਂ ਇਸ ਮਿੰਨੀ ਬੱਸ ਦੇ ਡਰਾਈਵਰ ਨੇ ਸ਼ਖਸ ਨੂੰ ਬੋਨਟ ਤੇ ਬਿਠਾ ਕੇ ਘੜੀਸਿਆ, ਕਿਸ ਵਜ੍ਹਾ ਦੇ ਕਰਕੇ ਇਸ ਘਟਨਾ ਨੂੰ ਅੰਜਾਮ ਦਿੱਤਾ ਗਿਆ। ਇੱਕ ਮਿੰਨੀ ਬੱਸ ਦੇ ਡਰਾਈਵਰ ਦੇ ਵੱਲੋਂ ਇੱਕ ਸ਼ਖਸ ਨੂੰ ਬੋਨਟ ਤੇ ਘੜੀਸਿਆ ਗਿਆ। ਕਈ ਕਿਲੋਮੀਟਰ ਤੱਕ ਮਿੰਨੀ ਬੱਸ ਦਾ ਡਰਾਈਵਰ ਇਸ ਸ਼ਖਸ ਨੂੰ ਬੋਨਟ ਉੱਤੇ ਘੜੀਸਦਾ ਰਿਹਾ ਔਰ ਗੱਡੀ ਦੀ ਰਫ਼ਤਾਰ ਵੀ ਕਾਫ਼ੀ ਤੇਜ਼ ਸੀ। ਦਿੱਲੀ ਦੇ ਲਾਜਪਤ ਨਗਰ ਦੀ ਇਹ ਪੂਰੀ ਵੀਡੀਓ ਹੈ। ਰਾਤ 9:30 ਵਜੇ ਲਾਜਪਤ ਨਗਰ ਤੋਂ ਇਸ ਸ਼ਖਸ ਨੂੰ ਬੋਨਟ ਤੇ ਬਿਠਾਇਆ ਔਰ ਘੜੀਸਦੇ ਹੋਏ ਆਸ਼ਰਮ ਤੱਕ ਲੈ ਗਿਆ। ਸ਼ਖਸ ਨੂੰ ਆਸ਼ਰਮ ਦੇ ਨੇੜੇ ਲਿਜਾ ਕੇ ਥੱਲੇ ਸੁੱਟ ਦਿੱਤਾ। ਪੀੜਤ ਵੱਲੋਂ ਸਾਊਥ ਈਸਟ ਦਿੱਲੀ ਦੇ ਲਾਜਪਤ ਨਗਰ ਥਾਣਾ ਦੇ ਵਿੱਚ ਸ਼ਿਕਾਇਤ ਦਰਜ ਕਰਵਾਈ ਗਈ, ਜਿਸ ਤੋਂ ਬਾਅਦ ਪੁਲਿਸ ਨੇ ਕਾਰਵਾਈ ਨੂੰ ਆਰੰਭ ਦਿੱਤਾ। ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਕਿਸ ਤਰੀਕੇ ਦੇ ਨਾਲ ਬੋਨਟ ਤੇ ਇੱਕ ਸ਼ਖਸ ਨੂੰ ਬਿਠਾ ਕੇ ਘੜੀਸਿਆ ਜਾ ਰਿਹਾ। ਬੱਸ ਦਾ ਡਰਾਈਵਰ ਆ ਜਿਹੜਾ ਉਹ ਕਾਫ਼ੀ ਤੇਜ਼ ਬੱਸ ਨੂੰ ਚਲਾ ਰਿਹਾ। ਦਿੱਲੀ ਦੇ ਲਾਜਪਤ ਨਗਰ ਦੀ ਇਹ ਵੀਡੀਓ ਹੈ। ਗਣੀਮਤ ਰਹੀ ਕਿ ਜਾਨੀ ਨੁਕਸਾਨ ਤੋਂ ਬਚਾ ਰਿਹਾ ਔਰ ਕਿਸ ਤਰ੍ਹਾਂ ਇੱਕ ਮਿੰਨੀ ਬੱਸ ਦੇ ਡਰਾਈਵਰ ਦੇ ਵੱਲੋਂ ਇਸ ਸ਼ਖਸ ਨੂੰ ਬੋਨਟ ਤੇ ਬਿਠਾ ਕੇ ਕਈ ਕਿਲੋਮੀਟਰ ਤੱਕ ਘੜੀਸਦਾ ਹੋਇਆ ਆਸ਼ਰਮ ਪੁੱਜਾ ਔਰ ਉੱਥੇ ਜਾ ਕੇ ਥੱਲੇ ਸੁੱਟ ਦਿੱਤਾ। ਪੁਲਿਸ ਦੇ ਵੱਲੋਂ ਹਰ ਐਂਗਲ ਤੋਂ ਇਸ ਮਾਮਲੇ ਦੀ ਜਾਂਚ ਪੜਤਾਲ ਕੀਤੀ ਜਾ ਰਹੀ ਹੈ ਕਿ ਆਖਿਰ ਕਿਉਂ ਇਸ ਮਿੰਨੀ ਬੱਸ ਦੇ ਡਰਾਈਵਰ ਨੇ ਸ਼ਖਸ ਨੂੰ ਬੋਨਟ ਤੇ ਬਿਠਾ ਕੇ ਘੜੀਸਿਆ, ਕਿਸ ਵਜ੍ਹਾ ਦੇ ਕਰਕੇ ਇਸ ਘਟਨਾ ਨੂੰ ਅੰਜਾਮ ਦਿੱਤਾ ਗਿਆ। ਇੱਕ ਮਿੰਨੀ ਬੱਸ ਦੇ ਡਰਾਈਵਰ ਦੇ ਵੱਲੋਂ ਇੱਕ ਸ਼ਖਸ ਨੂੰ ਬੋਨਟ ਤੇ ਘੜੀਸਿਆ ਗਿਆ। ਕਈ ਕਿਲੋਮੀਟਰ ਤੱਕ ਮਿੰਨੀ ਬੱਸ ਦਾ ਡਰਾਈਵਰ ਇਸ ਸ਼ਖਸ ਨੂੰ ਬੋਨਟ ਉੱਤੇ ਘੜੀਸਦਾ ਰਿਹਾ ਔਰ ਗੱਡੀ ਦੀ ਰਫ਼ਤਾਰ ਵੀ ਕਾਫ਼ੀ ਤੇਜ਼ ਸੀ। ਦਿੱਲੀ ਦੇ ਲਾਜਪਤ ਨਗਰ ਦੀ ਇਹ ਪੂਰੀ ਵੀਡੀਓ ਹੈ। ਰਾਤ 9:30 ਵਜੇ ਲਾਜਪਤ ਨਗਰ ਤੋਂ ਇਸ ਸ਼ਖਸ ਨੂੰ ਬੋਨਟ ਤੇ ਬਿਠਾਇਆ ਔਰ ਘੜੀਸਦੇ ਹੋਏ ਆਸ਼ਰਮ ਤੱਕ ਲੈ ਗਿਆ। ਸ਼ਖਸ ਨੂੰ ਆਸ਼ਰਮ ਦੇ ਨੇੜੇ ਲਿਜਾ ਕੇ ਥੱਲੇ ਸੁੱਟ ਦਿੱਤਾ। ਪੀੜਤ ਵੱਲੋਂ ਸਾਊਥ ਈਸਟ ਦਿੱਲੀ ਦੇ ਲਾਜਪਤ ਨਗਰ ਥਾਣਾ ਦੇ ਵਿੱਚ ਸ਼ਿਕਾਇਤ ਦਰਜ ਕਰਵਾਈ ਗਈ, ਜਿਸ ਤੋਂ ਬਾਅਦ ਪੁਲਿਸ ਨੇ ਕਾਰਵਾਈ ਨੂੰ ਆਰੰਭ ਦਿੱਤਾ। ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਕਿਸ ਤਰੀਕੇ ਦੇ ਨਾਲ ਬੋਨਟ ਤੇ ਇੱਕ ਸ਼ਖਸ ਨੂੰ ਬਿਠਾ ਕੇ ਘੜੀਸਿਆ ਜਾ ਰਿਹਾ। ਬੱਸ ਦਾ ਡਰਾਈਵਰ ਆ ਜਿਹੜਾ ਉਹ ਕਾਫ਼ੀ ਤੇਜ਼ ਬੱਸ ਨੂੰ ਚਲਾ ਰਿਹਾ। ਦਿੱਲੀ ਦੇ ਲਾਜਪਤ ਨਗਰ ਦੀ ਇਹ ਵੀਡੀਓ ਹੈ। ਗਣੀਮਤ ਰਹੀ ਕਿ ਜਾਨੀ ਨੁਕਸਾਨ ਤੋਂ ਬਚਾ ਰਿਹਾ ਔਰ ਕਿਸ ਤਰ੍ਹਾਂ ਇੱਕ ਮਿੰਨੀ ਬੱਸ ਦੇ ਡਰਾਈਵਰ ਦੇ ਵੱਲੋਂ ਇਸ ਸ਼ਖਸ ਨੂੰ ਬੋਨਟ ਤੇ ਬਿਠਾ ਕੇ ਕਈ ਕਿਲੋਮੀਟਰ ਤੱਕ ਘੜੀਸਦਾ ਹੋਇਆ ਆਸ਼ਰਮ ਪੁੱਜਾ ਔਰ ਉੱਥੇ ਜਾ ਕੇ ਥੱਲੇ ਸੁੱਟ ਦਿੱਤਾ।
ਪੁਲਿਸ ਦੇ ਵੱਲੋਂ ਹਰ ਐਂਗਲ ਤੋਂ ਇਸ ਮਾਮਲੇ ਦੀ ਜਾਂਚ ਪੜਤਾਲ ਕੀਤੀ ਜਾ ਰਹੀ ਹੈ ਕਿ ਆਖਿਰ ਕਿਉਂ ਇਸ ਮਿੰਨੀ ਬੱਸ ਦੇ ਡਰਾਈਵਰ ਨੇ ਸ਼ਖਸ ਨੂੰ ਬੋਨਟ ਤੇ ਬਿਠਾ ਕੇ ਘੜੀਸਿਆ, ਕਿਸ ਵਜ੍ਹਾ ਦੇ ਕਰਕੇ ਇਸ ਘਟਨਾ ਨੂੰ ਅੰਜਾਮ ਦਿੱਤਾ ਗਿਆ।